ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀਆ ਨਾਰਥ ਅਮਰੀਕਾ ਦੇ ਵਿੱਚ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਉਹਨਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਆ ਜੀ ਲੀਗਲ ਮੈਟਰਸ ਵਿਦ ਸਿੰਘ ਐਂਡ ਸਿੰਘ ਲਾ ਪੀ ਐਲ ਐਲ ਸੀ ਜੋ ਕਿ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੁਹਾਡੇ ਹਰ ਲੀਗਲ ਮੈਟਰਸ ਨੂੰ ਇਹ ਪੂਰਾ ਕਰਦੀ ਹੈ ਭਾਵੇਂ ਤੁਹਾਡਾ ਕੋਈ ਵੀ ਲੀਗਲ ਮੈਟਰ ਹੋਏ ਇਸ ਸ਼ੋਅ ਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਰਿਮੋਟ ਕੰਟਰੋਲ ਨੂੰ ਸਾਈਡ ਤੇ ਰੱਖ ਦਿਓ ਔਰ ਜੇਕਰ ਤੁਸੀਂ ਕੋਈ ਕੰਮ ਸੋਚਿਆ ਥੋੜੀ ਥੋੜੀ دیر ਲਈ ਰੁਕ ਜਾਓ ਕਿਉਂਕਿ ਇਹ ਜਿਹੜਾ ਸ਼ੋਅ ਹੈ ਕਈ ਸਾਰੀ ਇਮੀਗ੍ਰੇਸ਼ਨ ਦੀ ਅਪਡੇਟਸ ਤੁਹਾਡੇ ਲਈ ਲੈ ਕੇ ਆ ਰਹੀ ਹੈ ਔਰ ਤੁਹਾਨੂੰ ਦੱਸੇਗੀ ਕਿ ਕੀ ਕੁਝ ਸਰਗਰਮੀਆਂ ਚੱਲ ਰਹੀਆਂ ਹਨ ਵੈਨ ਇਟ ਕਮਸ ਟੂ ਯੋਰ ਲੀਗਲ ਮੈਟਰਸ ਭਾਵੇਂ ਤੁਹਾਡਾ ਕੇਸ ਡਿਪੋਰਟੇਸ਼ਨ ਦਾ ਹੋਵੇ ਭਾਵੇਂ ਤੁਹਾਡਾ ਕੇਸ ਮੈਰਿਜ ਬੇਸ ਪਟੀਸ਼ਨ ਦਾ ਹੋਵੇ ਭਾਵੇਂ ਤੁਹਾਡਾ ਕੇਸ ਅਸਾਈਲਮ ਦਾ ਹੋਵੇ ਤੁਹਾਡਾ H1 ਵੀਜ਼ਾ ਦਾ ਹੋਵੇ ਤੁਹਾਡਾ ਸਟੂਡੈਂਟ ਵੀਜ਼ਾ ਦਾ ਹੋਵੇ ਜਾਂ ਫਿਰ ਤੁਹਾਡਾ ਐਡਜਸਟਮੈਂਟ ਆਫ ਸਟੇਟਸ ਦਾ ਹੋਵੇ یا پھر ਤੁਹਾਡਾ ਰੀਅਲ اسٹیਟ یا پھر ਤੁਹਾਡੇ کارپੋਰੇਟ ਲੋ ਕੋਈ ਵੀ ਤੁਹਾਡਾ ਮਸਲਾ ਹੈ ਕੋਸ਼ਿਸ਼ ਹੁੰਦੀ ਹੈ ਕਿ ਇਸ એપisodes ਦੇ ਦੌਰਾਨ ਅਸੀਂ ਗੱਲ ਕਰ ਸਕੀਏ ਅੱਜ ਜਿਸ ਟਾਪਿਕ ਬਾਰੇ ਅਸੀਂ ਗੱਲ ਕਰਾਂਗੇ ਬੇਹੱਦ ਜ਼ਰੂਰੀ ਹੈ ਉਹ ਤੁਹਾਡੇ ਲਈ ਜਾਣਨਾ ਕਿਉਂਕਿ ਜਦ ਅਸੀਂ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਤਾਂ ਲੈ ਲੰਨੇ ਆ ਜਾਂ ਫਿਰ ਸਿਟੀਜ਼ਨ ਵੀ ਬਣ ਜਾਂਨੇ ਆ ਪਰ ਆਪਣੀ ਫੈਮਲੀ ਨੂੰ ਬੁਲਾ ਨਹੀਂ ਪਾਉਂਦੇ ਆਪਣੀ ਫੈਮਲੀ ਨੂੰ ਮਿਸ ਕਰਦੇ ਆ ਜਾਂ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਗ੍ਰੀਨ ਕਾਰਡ ਆਉਣ ਤੋਂ ਬਾਅਦ ਸਾਡੀ ਫੈਮਲੀ ਵੀ ਸਾਡੇ ਨਾਲ ਆ ਕੇ ਰਹਿ ਸਕਦੀ ਹੈ ਜਾਂ ਫਿਰ ਸਿਟੀਜ਼ਨ ਬਣਨ ਤੋਂ ਬਾਅਦ ਸਾਨੂੰ ਇਹ ਪੇਪਰ ਕਾਰਵਾਈ ਜਿਹੜੀ ਕਰਨੀ ਹੁੰਦੀ ਹੈ ਉਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਜਿਹੜੇ ਮਾਪਿਓ ਨੇ ਜਾਂ ਫਿਰ ਮੇਰੀ ਜਿਹੜੀ ਸਿਸਟਰ ਹੈ ਜਾਂ ਫਿਰ ਮੇਰਾ ਜਿਹੜਾ ਕੋਈ ਵੀ ਬਲੱਡ ਰਿਲੇਸ਼ਨ ਹੈ ਉਹਨੂੰ ਮੈਂ ਅਮਰੀਕਾ ਬੁਲਾ ਸਕਦਾ ਕਿਉਂਕਿ ਅਮਰੀਕਨ ਡ੍ਰੀਮ ਅਸੀਂ ਪੂਰੇ ਕਰ ਲੈਣੇ ਆ ਅਸੀਂ 5-10 ਸਾਲ ਇੱਥੇ ਰਹਿ ਕੇ ਜਦੋਜਹਿਦ ਕਰਕੇ ਪੇਪਰ ਤਾਂ ਬਣਾ ਲੈਣੇ ਆ ਲੇਕਿਨ ਪਿੱਛੇ ਫੈਮਿਲੀ ਨੂੰ ਬੁਲਾਉਣ ਬਾਰੇ ਨਹੀਂ ਸੋਚਦੇ ਹਾਂ ਜੇਕਰ ਤੁਸੀਂ ਸੋਚ ਰਹੇ ਹੋ ਤੁਹਾਨੂੰ ਪਤਾ ਨਹੀਂ ਕਿ ਫੈਮਲੀ ਨੂੰ ਕਿਵੇਂ ਬੁਲਾਇਆ ਜਾ ਸਕਦਾ ਹੈ ਫੈਮਲੀ ਬੇਸ ਪਟੀਸ਼ਨਸ ਆਖਿਰਕਾਰ ਹੁੰਦੀਆਂ ਕੀ ਹਨ ਅੱਜ ਅਸੀਂ ਉਹਦੇ ਬਾਰੇ ਜਾਣਕਾਰੀ ਲਵਾਂਗੇ ਜੇਕਰ ਤੁਸੀਂ ਆਪਣਾ ਕੇਸ ਅਪਲਾਈ ਕੀਤਾ ਹੋਇਆ ਹੈ ਹਜ ਤੱਕ ਤੁਹਾਡਾ ਵਕੀਲ ਤੁਹਾਡਾ ਫੋਨ ਨਹੀਂ ਚੱਕ ਰਿਹਾ ਔਰ ਦੱਸ ਨਹੀਂ ਰਿਹਾ ਕਿ ਤੁਹਾਡਾ ਕੇਸ ਦਾ ਕੀ ਬਣਿਆ ਅੱਜ ਮੈਂ ਜਿਨ੍ਹਾਂ ਨਾਲ ਤੁਹਾਨੂੰ ਮਿਲਵਾ ਰਿਹਾ ਔਰ ਜਿਨ੍ਹਾਂ ਨਾਲ ਪਹਿਲਾਂ ਵੀ ਤੁਹਾਨੂੰ ਮਿਲਵਾ ਚੁੱਕੇ ਹਾਂ ਉਹ ਤੁਹਾਨੂੰ ਦੱਸਣਗੇ ਕਿ ਇਹ ਕੰਮ ਤੁਹਾਡਾ ਪੂਰਾ ਕਿਵੇਂ ਹੋ ਸਕਦਾ ਹੈ ਔਰ ਕਿਵੇਂ ਤੁਸੀਂ ਵੀ ਆਪਣੇ ਸੁਪਨੇ ਆਪਣੀ ਫੈਮਲੀ ਦੇ ਨਾਲ ਪੂਰੇ ਕਰ ਸਕਦੇ ਹੋ ਮੈਨੂੰ ਯਾਦ ਹੈ ਕਿ ਜਦ ਤੁਸੀਂ ਇੱਥੇ ਆਏ ਹੋਗੇ ਤਾ ਤੁਸੀਂ ਵੀ ਉਹ ਸੁਪਨਾ ਜ਼ਰੂਰ ਸੋਚਿਆ ਹੋਣਾ ਕਿ ਕਾਸ਼ ਮੇਰੀ ਬੇਬੇ ਵੀ ਮੇਰੇ ਨਾਲ ਹੁੰਦੀ ਤਾਂ ਮੈਨੂੰ ਵੀ ਗਰਮਾ-ਗਰਮ ਉਹ ਪਰੌਂਠੇ ਛਕਾਉਂਦੀ ਜਾਂ ਫਿਰ ਮੇਰਾ ਬਾਪੂ ਮੇਰੇ ਸਰ ਤੇ ਹੁੰਦਾ ਮੈਨੂੰ ਕਿਸੇ ਗਲਤ ਕੰਮ ਲਈ ਟੋਕਦਾ ਜਾਂ ਫਿਰ ਮੇਰੀ ਭੈਣ ਇੱਥੇ ਹੁੰਦੀ ਤਾਂ ਮੈਨੂੰ ਭਰਾਵਾਂ ਵਾਲੀ ਜਿਹੜੀ ਉਹ ਫੀਲਿੰਗ ਆਉਂਦੀ ਕਾਸ਼ ਮੇਰਾ ਪਿਓ ਮੇਰੇ ਮੇਰਾ ਬਾਪੂ ਮੇਰੀ ਬੇਬੇ ਮੇਰੀ ਭੈਣ ਮੇਰੇ ਨਾਲ ਰਹਿਣ ਜਾਂ ਫਿਰ ਮੇਰੀ ਵਾਈਫ ਮੇਰੇ ਨਾਲ ਰਹਿਣ ਮੇਰੇ ਜਵਾਕ ਮੇਰੇ ਨਾਲ ਰਹਿਣ ਔਰ ਮੈਂ ਵੀ ਕਹਿ ਸਕਾਂ ਅਮਰੀਕਨ ਡ੍ਰੀਮ ਹੁਣ ਜਾ ਕੇ ਪੂਰਾ ਹੋਇਆ ਅ ਅਮਰੀਕਨ ਡ੍ਰੀਮ ਪੂਰਾ ਕਰਾਉਣਗੇ ਸਾਡੇ ਸਿੰਘ ਐਂਡ ਸਿੰਘ ਲਾਅ ਫਰਮ ਦੇ ਦੋ ਅਜਿਹੇ ਵਕੀਲ ਜੋ ਕਿ ਤੁਹਾਡੀ ਸੇਵਾ ਲਈ ਹਾਜ਼ਰ ਹੈ ਵੀ ਵੈਲਕਮ ਅਟਾਰਨੀ ਹਰਪ੍ਰੀਤ ਸਿੰਘ ਐਂਡ ਅਟਾਰਨੀ ਰਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਰਮਨਦੀਪ ਸਤਿ ਸ਼੍ਰੀ ਅਕਾਲ ਹਰਪ੍ਰੀਤ ਆਈ ਵਿਲ ਸਟਾਰਟ ਵਿਦ ਅਟਾਰਨੀ ਹਰਪ੍ਰੀਤ ਪਿਛਲੀ ਵਾਰ ਅਸੀਂ ਇਸ ਸਾਇਲਮ ਬਾਰੇ ਗੱਲ ਕੀਤੀ ਹੋਪ ਤੁਹਾਨੂੰ ਕਈ ਸਾਰੇ ਲੋਕਾਂ ਨੇ ਕਾਲ ਕਰਕੇ ਆਪਣੇ ਸਵਾਲ ਪੁੱਛੇ ਹੋਣੇ ਤੇ ਮੈਂ ਜ਼ਰੂਰ ਜਾਨਣਾ ਚਾਹਾਂਗਾ ਕਿ ਕਿਸ ਤਰੀਕੇ ਦਾ ਤੁਹਾਨੂੰ शो करन तो हंगारा मिल रहा हाउ पीपल आर गेटिंग नॉलेज एंड व्हाट काइंड ऑफ लीगल मैटर्स दे हैव एंड दे आर कॉलिंग यू हां जी काफी um, you know, रिस्पांस मिल रहा लास्ट एपिसोड पे जो ਤੁਸੀਂ ਜਿਹੜਾ ਅਸਾਈਲਮ ਦੀ ਐਪਸੋਡ ਕੀਤਾ ਸੀ ਐਸੈਂਸ਼ਲੀ ਬਹੁਤ ਲੋਕ ਆ ਕਿ ਜਿਨ੍ਹਾਂ ਦੇ ਅਸਾਈਲਮ ਕੇਸ काफी ਚੱਲ ਤੋਂ ਯੂ نو ਫਾਈਲ ਹੋਇਆ ਪਰ ਉਹਨਾਂ ਨੂੰ ਕੋਈ ਆਪਣੇ اٹਾਰਨੀ ਤੋਂ ਰਿਸਪਾਂਸ ਨਹੀਂ ਆ ਰਿਹਾ ਜਾਂ ਕੋਈ ਵੀ ਮਸਲਾ ਵਾ ਤੇ ਉਹ ਯੂ نو ਸਾਡਾ ਨਾ ਸ਼ੇਅਰ ਕਰਦੇ ਸੀਗੇ ਤੇ ਥਰੂ ਥਿਸ ਪ੍ਰੋਗਰਾਮ ਸਾਡਾ ਇਹੀ ਮਕਸਦ ਆ ਕਿ ਜੋ ਵੀ ਜਿੱਦਾ ਕੋਈ ਕਲਾਇੰਟ ਆ ਜੀ ਉਹਨਾਂ ਦਾ ਕੇਸ ਵਿੱਚ ਰਕਵਰਟ ਆ ਰਹੀਆ ਕੋਈ ਉਹਨਾਂ ਨੂੰ ਰਿਸਪਾਂਸ ਨਹੀਂ ਆ ਰਿਹਾ ਉਹਨਾਂ ਦੇ ਅਟਾਰਨੀ ਤੋਂ ਤੇ ਆਪਾਂ ਉਹ ਯੂ نو ਵੀ ਵਾਂਟ ਟੂ ਬ੍ਰਿਜ ਥੈਟ ਗੈਪ ਐਂਡ ਉਹਨਾਂ ਨੂੰ ਹੈਲਪ ਕਰਨਾ ਚਾਹੁੰਦੇ ਆ ਇਨ ਐਨੀ ਵੇ ਵੀ ਕੈਨ ਟੂ ਕੀਪ ਥੇਅਰ ਕੇਸ 무ਵਿੰਗ ਫੋਰਵਰਡ ਅਟਾਰਨੀ ਰਮਨਦੀਪ ਕੀ ਕੁਝ ਲੱਗਦਾ ਅੱਜ ਕਿਸ ਬਾਰੇ ਅਸੀਂ ਗੱਲ ਕਰਾਂਗੇ ਔਰ ਪਿਛਲੇ ਵੀਕ ਦੇ ਵਿੱਚ ਜਿਹੜਾ ਟਾਪਿਕ ਕਵਰ ਕੀਤਾ ਸੀ ਔਰ ਇਸ ਵੀਕ ਦੇ ਟਾਪਿਕ ਦੇ ਵਿੱਚ ਕੀ ਕੀ ਹੋਏਗਾ ਹਾਂਜੀ ਹਰਕੀਰਤ ਸਤਿ ਸ਼੍ਰੀ ਅਕਾਲ ਜੀ ਸੋ ਲਾਸਟ ਟਾਈਮ ਆਪਾਂ ਅਸਾਈਲਮ ਤੇ ਫੋਕਸ ਕੀਤਾ ਸੀ ਪੂਰੀ ਐਪੀਸੋਡ ਕਿਉਂਕਿ ਅਸਾਈਲਮ ਕਾਫੀ ਕੰਪਲਿਕੀਟਿਡ ਏਰੀਆ ਦਾ ਲਾਅ ਦਾ ਸੋ ਉਹਨੂੰ ਆਪਾਂ ਥੋੜਾ ਡੀਟੇਲ ਦੇ ਵਿੱਚ ਡਿਸਕਸ ਕੀਤਾ ਐਂਡ ਸਾਨੂੰ ਕਾਫੀ ਵਧੀਆ ਰਿਸਪਾਂਸ ਆਇਆ ਕਾਫੀ ਲੋਕਾਂ ਜਿਨ੍ਹਾਂ ਦੇ ਕੇਸ ਕਾਫੀ ਧੀਰ ਤੋਂ ਅੜੇ ਹੋਏ ਨੇ ਉਹ ਉਹਨਾਂ ਨੇ ਸਾਨੂੰ ਰੀਚ ਆਊਟ ਕੀਤਾ ਅਸੀਂ ਕਾਫੀ ਯੂ ਨੋ ਵਰ ਥੈਂਕਫੁਲ ਕਿ ਸਾਨੂੰ ਲੋਕ ਟਰਸਟ ਕਰ ਰਹੇ ਆ ਅਮ ਅੱਜ ਆਪਾਂ ਇੱਕ ਡਿਫਰੈਂਟ ਏਰੀਆ ਤੇ ਫੋਕਸ ਕਰਾਂਗੇ ਜਿਹੜੇ ਆ ਫੈਮਿਲੀ ਬੇਸਡ ਪਟੀਸ਼ਨ ਐ ਐਂਡ ਆਪਣੇ ਆਪਣੀ ਕਮਿਊਨਿਟੀ ਦੇ ਵਿੱਚ ਬੇਸਿਕਲੀ ਦੋ ਜਿਹੜੇ ਆ ਬਿਗੇਸਟ ਏਰੀਆਜ਼ ਆਫ ਕਨਸਰਨ ਇਮੀਗ੍ਰੇਸ਼ਨ ਦੇ ਵਿੱਚ ਆ ਐਸਾਈਲਮ ਤੇ ਫੈਮਿਲੀ ਬੇਸਡ ਪਟੀਸ਼ਨ ਇਹ ਦੋ ਮੇਨ ਰੂਟ ਆ ਜਿਹੜੇ ਲੋਕ ਆ ਆਪਣੀ ਫੈਮਲੀ ਨੂੰ ਇੱਥੇ ਬੁਲਾਉਣਾ ਚਾਹੁੰਦੇ ਆ ਜਾਂ ਇੱਥੇ ਗ੍ਰੀਨ ਕਾਰਡ ਵਗੈਰਾ ਲੈਣਾ ਚਾਹੁੰਦੇ ਆ ਇਹ ਦੋ ਮੇਨ ਰੂਟ ਹੈ। ਪਲੀਜ਼ ਵਟ ਆਰ ਫੈਮਲੀ ਬੇਸ ਪਟੀਸ਼ਨਾਂ ਹੁੰਦੀ ਕੀ ਹੈ? ਹਾਂਜੀ ਫੈਮਲੀ ਬੇਸ ਪਟੀਸ਼ਨ ਬੇਸਿਕਲੀ ਇੱਕ ਆਪਸ਼ਨ ਆ ਯੂ ਐਸ ਸਿਟੀਜ਼ਨਸ ਤੇ ਗ੍ਰੀਨ ਕਾਰਡ ਹੁਦਣ ਲਈ um ਆਪਣੀ ਫੈਮਲੀ ਅਪਲਾਈ ਕਰਨ ਸਰਟਨ ਰਿਲੇਟਿਵਸ ਨੂੰ ਜਿਹੜੇ ਯੂ ਐਸ ਸਿਟੀਜ਼ਨ ਆ ਉਹ ਆਪਣੇ ਪੇਰੈਂਟਸ ਲਈ ਆਪਣੇ ਸਪਾਊਸ ਨੂੰ ਸਪਾਂਸਰ ਕਰਦੇ ਇਨ ਐਡੀਸ਼ਨ ਟੂ ਆਪਣੇ ਬ੍ਰਦਰ ਐਂਡ ਸਿਸਟਰ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਆਪਣੇ ਸਪਾਊਸ ਨੂੰ ਐਨੀ ਚਿਲड्रन ਅੰਡਰ 21 ਐਸ ਵੈਲ ਐਸ ਬ੍ਰਦਰਸ ਐਂਡ ਸਿਸਟਰਸ ਐਂਡ ਚਿਲड्रन ਅੰਡਰ 21 ਦੈਟ ਅਪਲਾਈਸ ਟੂ ਬੋਥ ਯੂ ਐਸ ਸਿਟੀਜ਼ਨ ਐਂਡ ਗ੍ਰੀਨ ਕਾਰਡ ਹੋਲਡਰਸ ਬਲੋ ਸੋ ਅ ਅਟਾਰਨੀ ਰਮਨਦੀਪ ਗੱਲ ਕਰੀਏ ਜਿਵੇਂ ਮੈਂ ਕਹਾਂ ਕਿ ਹਰ ਕੋਈ ਆਪਣੀ ਫੈਮਲੀ ਨੂੰ ਜ਼ਰੂਰ ਮਿਸ ਕਰਦਾ ਹੋਏਗਾ ਗ੍ਰੀਨ ਕਾਰਡ ਆ ਜਾਂਦਾ ਹੈ ਪੈਸੇ ਵੀ ਆ ਜਾਂਦੇ ਆ ਘਰ ਵੀ ਬਣ ਜਾਂਦਾ ਪਰ ਉਸ ਘਰ ਨੂੰ ਖੁਸ਼ ਕਰਨ ਦੇ ਲਈ ਉਸ ਘਰ ਨੂੰ ਹੋਰ ਅ ਮਿਕਵੰਗਾ ਕੀ ਲਾਈਟ ਲਈ ਆਉਣ ਦੇ ਲਈ ਫੈਮਲੀ ਬੜੀ ਇੰਪੋਰਟੈਂਟ ਹੁੰਦੀ ਹੈ ਸੋ ਇਹ ਕਿਸ ਟਾਈਪਸ ਦੀਆਂ ਫੈਮਲੀ ਬੇਸ ਪਟੀਸ਼ਨ ਹੁੰਦੀ ਹੈ ਜਿਹਨੂੰ ਅਪਲਾਈ ਕੀਤਾ ਜਾ ਸਕਦਾ ਜੀ ਸੋ ਬੇਸਿਕਲੀ ਦੋ ਮੇਨ ਟਾਈਪਸ ਹੁੰਦੇ ਆ ਪਟੀਸ਼ਨ ਜਿਹੜੇ ਇੱਕ ਹੁੰਦੇ ਆ ਇਮੀਡੀਏਟ ਰਿਲੇਟਿਵਲੀ ਅਗਰ ਤੁਸੀਂ ਯੂਐਸ ਸਿਟੀਜ਼ਨ ਹੋ ਤੇ ਤੁਸੀਂ ਆਪਣੀ ਸਪਾਊਸ ਨੂੰ ਜਾਂ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਅਨਮੈਰਿਡ ਬੱਚੇ ਜਿਹੜੇ 21 ਤੋਂ ਥੱਲੇ ਆ ਤੁਸੀਂ ਉਹਨਾਂ ਨੂੰ ਅਗਰ ਸਪான்ਸਰ ਕਰਨਾ ਚਾਹੁੰਦੇ ਹੋ ਤੋ ਇਮੀਡੀਏਟ ਰਿਲੇਟਿਵ ਕੈਟਾਗਰੀ ਦੇ ਵਿੱਚ ਆ ਜਾਂਦੇ ਆ ਦੂਜਾ ਫਿਰ ਆਪਾਂ ਜਿਹੜੇ ਬਾਕੀ ਸਾਰੀ ਕੈਟਾਗਰੀਜ਼ ਆ ਉਹ ਫੈਮਿਲੀ ਸਪான்ਸਰਡ ਪ੍ਰੀਫਰੈਂਸ ਏਰੀਆ ਚ ਆਪਾਂ ਆ ਜਾਂਦੇ ਆ ਐਂਡ ਉਹਦੇ ਵਿੱਚ ਕਾਫੀ ਜਿਹੜੇ ਸਬ ਕੈਟਾਗਰੀਜ਼ ਆ ਪ੍ਰੀਫਰੈਂਸ ਦੇ ਵਿੱਚ ਜਿਹੜਾ ਆਪਾਂ ਬਾਅਦ ਚ ਡਿਸਕਸ ਕਰਾਂਗੇ ਥੋੜੀ ਡੀਟੇਲਸ ਐਂਡ ਡਿਪੈਂਡਿੰਗ ਔਨ ਕਿਹੜੀ ਕੈਟਾਗਰੀ ਤੁਸੀਂ ਫਾਲ ਕਰਦੇ ਆ ਤੁਹਾਡਾ ਉਨਾ ਹੀ ਟਾਈਮ ਟਾਈਮ ਡਿਫਰੈਂਸ ਹੁੰਦਾ ਵਾ ਕਿ ਤੁਹਾਡਾ ਕੇਸ ਕਦੋਂ ਆਊਗਾ ਸਾਹਮਣੇ ਆਫ ਕੌਰਸ ਜੇਕਰ ਤੁਸੀਂ ਹਜੇ ਤੱਕ ਆ ਸੋਚ ਰਹੇ ਹੋ ਕਿ ਮੈਂ ਅਟਾਰਨੀ ਹਾਇਰ ਕਰਨਾ ਹੈ ਔਰ ਕੀਤਾ ਨਹੀਂ ਤਾਂ 9294605070 ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਿੰਘ ਐਂਡ ਸਿੰਘ ਲਾ ਦਾ ਐਸਰ ਟੀਮ ਦੇ ਨਾਲ ਇਹਨਾਂ ਦੋ ਅਜਿਹੇ ਵਕੀਲਾਂ ਨਾਲ ਗੱਲ ਕਰ ਸਕਦੇ ਹੋ ਜੋ ਤੁਹਾਡੇ ਦਰਦ ਨੂੰ ਸਮਝਦੇ ਹਨ ਔਰ ਤੁਹਾਡੇ ਕੇਸ ਨੂੰ ਇਹ ਸਮਝ ਕੇ ਉਹਨੂੰ ਬਧੀਆ ਤਰੀਕੇ ਨਾਲ ਸਟੱਡੀ ਕਰਕੇ ਕੋਸ਼ਿਸ਼ ਕਰਦੇ ਹਨ ਕਿ ਤੁਹਾਡਾ ਜਿਹੜਾ ਲੀਗਲ ਮੈਟਰ ਹੈ ਭਾਵੇਂ ਤੁਹਾਡਾ ਇਮੀਗ੍ਰੇਸ਼ਨ ਦਾ ਕੋਈ ਵੀ ਮੈਟਰ ਹੈ ਉਨੂੰ ਠੀਕ ਕੀਤਾ ਜਾ ਸਕੇ ਗ੍ਰੀਨ ਕਾਰਡ ਤੁਸੀਂ ਅਪਲਾਈ ਕੀਤਾ ਹੋਇਆ ਜਾਂ ਕਰਨਾ ਹੈ ਅਸਾਈਲਮ ਫਾਈਲ ਕਰਨੀ ਹੈ ਜਾਂ ਫਿਰ ਤੁਹਾਡਾ ਕੋਈ ਰੀਅਲ اسٹیਟ ਦਾ ਮਸਲਾ ਜਾਂ ਫਿਰ ਕੋਈ ਕਾਰਪੋਰੇਟ ਹੋਇਆ ਕਿਸੇ ਕਿਸਮ ਦਾ ਵੀ ਲੀਗਲ ਮੈਟਰ ਤੁਸੀਂ 9294605070 ਤੇ ਕਾਲ ਕਰਕੇ ਤੁਸੀਂ ਅਟਰਨੀ ਰਮਨਦੀਪ ਅਤੇ ਅਟਰਨੀ ਹਰਪ੍ਰੀਤ ਹੋਰ ਨਾਲ ਫ੍ਰੀ ਪਰਸਨਲ ਕੰਸਲਟੇਸ਼ਨ ਲੈ ਸਕਦੇ ਹੋ ਕਾਲ ਕਰਨ ਦੇ ਕੋਈ ਵੀ ਚਾਰजेस ਨਹੀਂ ਹੈਗੇ ਬਿਲਕੁਲ ਨਿਸ਼ੁਲਕ ਫ੍ਰੀ ਸੇਵਾਵਾਂ ਕਮਿਊਨਿਟੀ ਲਈ ਦਿੱਤੀਆਂ ਜਾਂਦੀਆਂ ਹਨ ਤੁਸੀਂ ਇਹਨਾਂ ਨੂੰ ਕਦੀ ਵੀ ਕਾਲ ਕਰ ਸਕਦੇ ਹੋ ਇਹਨਾਂ ਦਾ ਆਫਿਸ ਨਿਊਯਾਰਕ ਵਿਕੇਸਿਤ ਹੈ ਅਤੇ ਨਿਊਯਾਰਕ ਤੋਂ ਆਲ ਓਵਰ ਅਮਰੀਕਾ ਦੇ ਵਿੱਚ ਸਰਵਿਸਿੰਗ ਦੇ ਹਨ ਭਾਵੇਂ ਤੁਸੀਂ ਕੈਲੀਫੋਰਨੀਆ ਟੈਕਸਿਸ ਜਾਂ ਫਿਰ ਤੁਸੀਂ ਕੋਲੋਰੈਡੋ ਯੂਟਾ ਜਾਂ ਫਿਰ ਤੁਸੀਂ ਰੀਨੋ ਜਾਂ ਫਿਰ ਤੁਸੀਂ ਕੈਂਸਸ ਸਿਟੀ ਜਾਂ ਫਿਰ ਤੁਸੀਂ ਰੈਨਓ ਓਕਲਾਹੋਮਾ ਜਾਂ ਫਿਰ ਤੁਸੀਂ ਰਹਨੇਓ ਓਹਾਇਓ ਜਾਂ ਫਿਰ ਤੁਸੀਂ ਰਹਨੇਓ ਇੰਡੀਆਨ ਐਪਲਸ ਜਾਂ ਫਿਰ ਤੁਸੀਂ ਮਿਸ਼ੀਗਨੋ ਯਾ ਫਿਰ ਤੁਸੀਂ ਈਸ ਕੋਸ ਦੇ ਵਿੱਚ ਵਰਜੀਨੀਆ ਦੇ ਵਿੱਚੋਂ ਮੈਰੀਲੈਂਡ ਦੇ ਵਿੱਚੋਂ ਵਾਸ਼ਿੰਗਟਨ ਡੀਸੀ ਦੇ ਵਿੱਚੋਂ ਯਾ ਫਿਰ ਤੁਸੀਂ ਸੈਟਲ ਦੇ ਵਿੱਚੋਂ ਜਿੱਥੇ ਕਿੱਥੇ ਵੀ ਤੁਸੀਂ ਅਮਰੀਕਾ ਦੇ ਵਿੱਚ ਵਸਦੇ ਹੋ ਕੋਈ ਵੀ ਤੁਹਾਡਾ ਲੀਗਲ ਮੈਟਰ ਹੈ ਜੋ ਵੀ ਫੈਡਰਲ ਦੇ ਤੀਨ ਹੁੰਦਾ ਆ ਤੁਹਾਡੀ ਸੇਵਾ ਲਈ ਹਾਜ਼ਰ ਨੇ 9294605070 ਤੇ ਕਾਲ ਕਰ ਸਕਦੇ ਆ ਅਟਾਰਨੀ ਹਰਪੀਟ ਵਾਟ ਇਜ਼ ਦ ਟਿਪੀਕਲ ਪ੍ਰੋਸੈਸ ਲਾਈਕ ਆ ਹੁੰਦਾ ਕੀ ਆਖਿਰਕਾਰ ਹਾਂਜੀ ਜਿਹੜਾ ਟਿਪੀਕਲ ਪ੍ਰੋਸੈਸ ਪਹਿਲਾ ਕੋਈ ਵੀ ਫੈਮਿਲੀ ਬੇਸਡ ਜਿਹੜਾ um case hunda whether it's for brother sister parents first form jehda file hunda oh kende i130 oh hunda file uh, uscis not te o uh, approve ho ke phir uh, case uh, nvc kol janda nvc fero page diya counsel it agar thada jehda um, relative uh, outside usr je um, relative inside the usr fer o adjustment of status i uh, form i485 under ਅ ਟੈਡੀ ਰਮਨਦੀਪ ਕਿੰਨਾ ਕੋ ਲੌਂਗ ਪ੍ਰੋਸੈਸ ਹੈ ਯੂਸੂਅਲੀ ਕਿੰਨਾ ਕੋ ਟਾਈਮ ਲੱਗ ਜਾਂਦਾ ਜਦੋਂ ਆਪਾਂ ਇਮੀਡੀਏਟ ਰਿਲੇਟਿਵ ਤੋਂ ਬਾਹਰ ਨਿਕਲ ਕੇ ਦੂਸਰੀ ਕੈਟਾਗਰੀ 'ਚ ਦੇਖਦੇ ਆਪਾਂ ਤੇ ਫਿਰ ਐਕਚੁਅਲੀ ਵੈਰੀ ਡਿਪੈਂਡੈਂਟ ਆ ਕੈਟਾਗਰੀ ਦੇ ਉੱਤੇ ਸੋ ਮੈਂ ਥੋੜੇ ਬ੍ਰੇਕ ਟਾਈਮ ਦਿੰਨਾ ਕੈਟਾਗਰੀਜ਼ ਦਾ ਕਿਉਂਕਿ ਉਹਦੇ ਉਹਦੇ ਹਿਸਾਬ ਨਾਲ ਹੀ ਆਪਾਂ ਡੇਟ ਦੇਖੀ ਦੀ ਆ ਵੀ ਕਦੋਂ ਵੀਜ਼ਾ ਅਵੇਲੇਬਲ ਹੋ ਸਕਦਾ ਵਾ ਸੋ ਫਰਸਟ ਕੈਟਾਗਰੀ ਆ ਆਪਣੀ F1 ਕੈਟਾਗਰੀ ਆ ਇਹ ਹੁੰਦੇ ਆ ਜਿਹੜੇ ਅਨਮੈਰਿਡ ਸਨਸ ਐਂਡ ਡਾਟਰਸ ਯੂਐਸ ਸਿਟੀਜ਼ਨ ਦੇ 21 ਏਜ ਤੋਂ ਉੱਪਰ ਜਿਹ ਫਰਸਟ ਪ੍ਰੀਫਰੈਂਸ ਕੈਟਾਗਰੀ ਆ ਪਰ ਇਹਦੀ ਵੇਟ ਇਸ ਟਾਈਮ ਇੰਡੀਆ ਦੀ ਚੱਲ ਰਹੀ ਆ 2014 ਸੋ ਸੋ ਵੀਜ਼ਾ ਅਵੇਲੇਬਿਲਟੀ ਇਨੀ ਡਿਲੇ ਚੱਲ ਰਹੀ ਆ ਇਵਨ ਦੋ ਫਰਸਟ ਪ੍ਰੀਫਰੈਂਸ ਕੈਟਾਗਰੀ ਆ ਸੈਕਿੰਡ ਫਿਰ ਆ ਜਾਂਦੇ ਆ ਜਿਹੜੇ ਸਪਾਊਸਸ ਐਂਡ ਚਿਲड्रन ਆ ਐਂਡ ਅਨਮੈਰਿਡ ਸਨਸ ਐਂਡ ਡਾਟਰਸ ਆ ਪਰਮਨੈਂਟ ਰੈਜ਼ੀਡੈਂਟ ਦੇ so f2a jada va spouses and children of permanent residents uh, 21 to thalle jehde a theek hai ji ਤੇ F2 ਵੀ ਆ ਅਨਮੈਰਿਡ ਸਨਸ ਐਂਡ ਡਾਟਰਸ ਪਰਮਨੈਂਟ ਰੈਜ਼ੀਡੈਂਟ ਦੇ ਜਿਹੜੇ 21 ਇਅਰ ਤੋਂ ਉੱਪਰ ਹੈ ਜੀ ਸੋ ਉਹਨਾਂ ਦੇ ਇਸ ਟਾਈਮ ਸੋ ਐਕਚੁਅਲੀ ਜਿਹੜੇ ਸਪਾਊਸਸ ਐਂਡ ਚਿਲड्रन ਹੈ ਅਨਮੈਰੀ ਅਨਮੈਰਿਡ ਸਪਾਊਸ ਚਿਲड्रन ਅੰਡਰ 21 ਐਂਡ ਸਪਾਊਸਸ ਆਫ ਪਰਮਨੈਂਟ ਰੈਜ਼ੀਡੈਂਟਸ ਉਹਨਾਂ ਦਾ ਵੀ ਐਕਚੁਅਲੀ ਕਰੰਟ ਚੱਲ ਰਿਹਾ ਵਾ ਜਿੱਦਾਂ ਯੂਐਸ ਸਿਟੀਜ਼ਨ ਦੇ ਸਪਾਊਸ ਦਾ ਕਰੰਟ ਚੱਲ ਰਿਹਾ ਉਹਨਾਂ ਦਾ ਵੀ ਕਰੰਟ ਹੈ ਵੀਜ਼ਾ ਪਰ ਅਗਰ ਉਹਨਾਂ ਦੇ ਚਿਲड्रन 21 ਤੋਂ ਉੱਪਰ ਹੈ ਉਹਨਾਂ ਦੀ ਵੇਟ ਹੈ 2015 ਤੱਕ ਚੱਲ ਰਹੀ ਹੈ ਐਂਡ THEN 3rd ਕੈਟੇਗਰੀਆ F3 ਜਿਹੜੇ ਮੈਰਿਡ ਸਨਸ ਐਂਡ ਡਾਟਰਸ ਆ ਯੂਐਸ ਸਿਟੀਜ਼ਨਸ ਨੇ ਆ ਉਹਨਾਂ ਦਾ ਵੇਟ ਟਾਈਮ ਐਟ 2008 ਤੇ ਚੱਲ ਰਿਹਾ ਇਸ ਟਾਈਮ ਜੀ ਐਂਡ ਜਿਹੜੀ ਲਾਸਟ ਕੈਟੇਗਰੀਆ ਸਾਰਿਆਂ ਨਾਲ ਲੰਬੀ ਵੇਟ ਜੀਦੀ ਹੈ ਉਹ ਹੈ 브ਦਰਰਸ ਐਂਡ ਸਿਸਟਰਸ ਆਫ ਯੂਐਸ ਸਿਟੀਜ਼ਨਸ ਆ ਐਂਡ ਉਹਨਾਂ ਦੀ ਵੇਟ 올 ਦ ਵੇ 2005 ਤੱਕ ਚੱਲ ਰਹੀ ਹੈ ਜੀ 9294605070 ਟੀਵੀ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਫ੍ਰੀ ਪਰਸਨ ਕੰਸਲਟੇਸ਼ਨ ਹੈ ਹਰਮਨਜੀਤ ਕੌਰ ਹੋਰਾਂ ਦੀ ਸਾਨੂੰ ਈਮੇਲ ਆਈ ਹੈ ਉਹਨਾਂ ਨੇ ਲਿਖਿਆ ਥੈਂਕ ਯੂ ਸੋ ਮੱਚ ਸਿੰਘ ਐਂਡ ਸਿੰਘ ਲਾ ਫਰਮ ਆਈ ਵਾਚ ਯੂਰ ਸ਼ੋ ਐਂਡ ਆਈ ਕਾਲਡ ਯੂ ਲਾਸਟ ਵੀਕ ਐਂਡ ਯੂ ਹੈਵ ਵੈਰੀ ਗੁੱਡ ਨੋਲੇਜ ਐਂਡ ਆਮ ਲੁਕਿੰਗ ਫਾਰਵਰਡ ਟੂ ਹੈਵ ਵਨ ਲੀਗਲ ਮੈਟਰ ਆਈ ਹੈਵ ਅ ਕੇਸ and definitely will go together from there harmanjit kora horan ne apni email bheji hai singh and singh law firm nu no. ਔਰ ਜੇਕਰ ਤੁਸੀਂ ਵੀ ਆਪਣਾ ਕੋਈ ਵੀ ਲੀਗਲ ਮੈਟਰ ਤੁਹਾਡਾ ਲੱਗਿਆ ਹੋਇਆ ਫਸਿਆ ਹੋਇਆ ਤਾਂ ਇਹ ਫਸੇ ਹੋਏ ਹੀ ਕੰਮ ਕਰਾਉਂਦੇ ਨੇ ਕਹਿੰਦੇ ਅਸੀਂ ਕੰਪਲਿਕੇਟਿਡ ਕੇਸਸ ਤੇ ਹੀ ਵਿਸ਼ਵਾਸ ਰੱਖਦੇ ਆ ਜਿਹੜਾ ਸਿੱਧਾ ਸਦਾ ਕੇਸ ਹੈ ਤਾਂ ਕੋਈ ਵੀ ਲੜ ਲੂਗਾ ਲੇਕਿਨ ਸਿੰਘ ਐਂਡ ਸਿੰਘ ਲਾ ਉਹ ਸਿੰਘ ਨੇ ਜੋ ਫਸੇ ਹੋਏ ਕੇਸਾਂ ਦੇ ਮਾਹਿਰ ਨੇ ਜੇ ਤੁਹਾਡਾ ਕੋਈ ਵੀ ਕੇਸ ਫਸਵਾ ਹੈਗਾ ਤੇ ਕਹਿਣ ਦਾ ਭਾਵ ਹੈ ਤੇ ਤੁਸੀਂ ਲੱਗਦਾ ਕਿ ਹਾਂ ਬਹੁਤ ਕੰਪਲਿਕੇਟਿਡ ਕੇਸ ਹੈ ਤਾਂ ਇਹਨਾਂ ਨੂੰ ਤੁਸੀਂ ਕਾਲ ਕਰਕੇ ਜਰੂਰ ਆਪਣਾ ਕੇਸ ਕਰ ਸਕਦੇ ਹੋ ਫੈਮਿਲੀ ਬੇਸ ਪਟੀਸ਼ਨ ਤੁਸੀਂ ਕਰਾਉਣਾ ਚਾਹੁੰਦੇ ਹੋ ਅਮਰੀਕਾ ਆ ਗਏ ਹਾਂ ਕ੍ਰੀਨ ਕਾਰਡ ਆ ਗਿਆ ਹੈ ਸਿਟੀਜ਼ਨ ਬਣ ਚੁੱਕੇ ਹਾਂ ਪਰ ਫੈਮਲੀ ਨਹੀਂ ਬੁਲਾਈ ਹਜੇ ਤੱਕ ਤਾਂ ਫੈਮਲੀ ਨੂੰ ਵੀ ਬੁਲਾ ਲਓ ਬਹੁਤ ਵਧੀਆ ਮੌਕਾ ਹੈ ਕਿਉਂਕਿ 2020 ਦੇ ਵਿੱਚ ਸਾਨੂੰ ਇੱਕ ਵਾਰ ਤਾਂ ਐਵੇਂ ਲੱਗ ਗਿਆ ਸੀਗਾ ਕਿ ਲੱਗਦਾ ਕਿ ਅਸੀਂ ਆਪਣੀ ਫੈਮਲੀ ਨੂੰ ਨਹੀਂ ਮਿਲ ਪਾਵਾਂਗੇ ਪਰ ਉਹ 2020 ਜਾ ਚੁੱਕਿਆ ਹੈ ਅਸੀਂ ਨਹੀਂ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਹਾਂ 2020 ਸਾਡੀ ਜ਼ਿੰਦਗੀ ਦੇ ਵਿੱਚ ਆਏ ਉਸ ਤੋਂ ਪਹਿਲਾਂ ਸਾਡੀ ਫੈਮਲੀ ਸਾਡੇ ਕੋਲ ਹੋਏਗੀ ਤਾਂ ਅਸੀਂ ਉੱਥੇ ਹੀ ਸਾਡੀ ਬੇਨਵੀਨ ਸਿਚੁਏਸ਼ਨ ਹੈ ਸਾਡੀ ਜਿੱਤ ਉੱਥੇ ਹੀ ਹੈ ਜਦ ਫੈਮਿਲੀ ਨਾਲ ਹੁੰਦੀ ਹੈ ਤਾਂ ਫਿਰ 1 ਤੋਂ 2 ਹੁੰਦਾ 2 ਤੋਂ 4 ਹੁੰਦੇ 4 ਤੋਂ 8 ਹੁੰਦਾ 8 ਤੋਂ 12 ਹੁੰਦੇ ਔਰ 12 ਤੋਂ 24 ਹੁੰਦੇ ਹੈ ਤਾਂ ਕਹਿਣ ਦਾ ਭਾਵ ਹੈ ਜਿਹੜੀ ਮੁਠੀਆ ਬਣ ਜਾਂਦੀ ਹੈ ਔਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਯੂਨਿਟੀ ਦਿਖਾ ਕੇ ਇਸ ਕੰਟਰੀ ਦੇ ਵਿੱਚ ਹੋਰ ਵੀ ਪ੍ਰੋਗਰੈਸਿਵ ਹੁੰਦੇ ਹੋ ਫੈਮਿਲੀ ਬੇਸ ਪਟੀਸ਼ਨ ਹੈ ਕਿ ਲਗਾਤਾਰ ਇਸ ਪ੍ਰੋਗਰਾਮ ਦੇ ਤਹਿਤ ਰੱਖਾਂਗੇ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਜਾਰੀ ਮਿਲਦੇ ਆਂ ਇੱਕ ਛੋਟੇ ਜੇ ਬ੍ਰੇਕਤ ਬਾਤ ਬ੍ਰੇਟਵੱਤ ਸਵਾਗਤ ਹੈ ਜੀ ਸਾਡੇ ਨਾਲ ਮੌਜੂਦ ਨੇ ਸਿੰਘ ਐਂਡ ਸਿੰਘ ਲਾ ਪੀ ਐਲ ਸੀ ਸੀ ਦੇ ਦੋ ਹੁਣ ਹਾਰ ਵਕੀਲ ਜੋ ਕਿ ਆਪਣੀ ਪੜ੍ਹਾਈ ਅਮਰੀਕਨ ਡ੍ਰੀਮ ਨੂੰ ਜਿਵੇਂ ਆਪਾਂ ਕਹਿੰਦੇ ਆ ਇਸ ਧਰਤੀ ਤੋਂ ਪੂਰੀ ਕਰਕੇ ਹੁਣ ਤੁਹਾਡੀ ਸੇਵਾ ਵਿੱਚ ਹਾਜ਼ਰ ਅਸੀਂ ਹਮੇਸ਼ਾ ਕਹੇ ਜਾਂਦੇ ਆ ਕਿ ਸਾਡੀ ਨੌਜਵਾਨ ਸਾਡੇ ਨਵੀ ਪਨੀਰੀ ਨੂੰ ਅੱਗੇ ਆਉਣਾ ਚਾਹੀਦਾ ਹੁਣ ਮਾਣ ਵੀ ਮਹਿਸੂਸ ਹੁੰਦਾ ਕਿ ਜਦ ਇਹ ਨੌਜਵਾਨ ਇੱਥੋਂ ਦੀ ਪੜ੍ਹਾਈ ਕਰਕੇ ਇੱਥੇ ਦੇ ਹੀ ਲਾ ਨੂੰ ਸਮਝ ਕੇ ਔਰ ਤੁਹਾਡੇ ਤੱਕ ਸੇਵਾ ਪਹੁੰਚਾਉਂਦੇ ਹਨ ਤਾਂ ਉਹ ਕੇਸ ਨੂੰ ਸਮਝ ਕੇ ਤੁਹਾਡੇ ਲੈਂਗੁਏਜ ਬੈਰੀਅਰ ਨੂੰ ਵੀ ਪੂਰਾ ਕਰਦੇ ਹਨ ਹਿੰਦੀ ਪੰਜਾਬੀ ਬਕਾਇਦਾ ਇਹਨਾਂ ਦੇ ਆਫਿਸ ਦੇ ਵਿੱਚ ਬੋਲੀ ਜਾਂਦੀ ਹੈ ਤੁਸੀਂ ਵੀ ਇਹਨਾਂ ਨੂੰ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ ਅੱਜ ਟੌਪਿਕ ਆਏਗਾ ਜੀ ਫੈਮਲੀ ਬੇਸ ਪਟੀਸ਼ਨ ਫੈਮਲੀ ਬੇਸ ਪਟੀਸ਼ਨ ਨੂੰ ਲੈ ਕੇ ਮੈਂ ਹੁਣ ਅਗਲਾ ਸਵਾਲ ਅਟਾਰਨੀ ਹਰਪ੍ਰੀਤ ਹੋਰ ਤੋਂ ਲੈਣਾ ਚਾਹਾਂਗਾ ਇੰਟਰਵਿਊ ਤੋਂ ਬਾਅਦ ਅਟਾਰਨੀ ਹਰਪ੍ਰੀਤ ਕੀ ਹੁੰਦਾ ਵਟ ਹੈਪਨਸ ਆਫਟਰ ਇੰਟਰਵਿਊ ਹਾਂਜੀ ਇੰਟਰਵਿਊ ਫਸਟਵਾਲ ਤਾਂ ਹੁੰਦੀ ਜਦੋਂ ਤੁਸੀਂ ਤੁਹਾਡਾ ਰਿਲੇਟਿਵ ਯੂਐਸ ਤੋਂ ਬਾਹਰ ਆ ਬੇਸਿਕਲੀ ਅਮ ਜਦੋਂ ਤੁਹਾਡਾ I-130 ਅਪਰੂਵ ਹੋ ਜਾਂਦਾ ਅਮ ਇਟ ਗੋਸ ਟੂ ਦ ਕੌਂਸੂਲੇਟ ਅਮ ਮਤਲਬ ਬੇਸਿਕਲੀ ਐਂਬਸੀ ਜਿੱਥੇ ਅਮ ਤੁਹਾਡਾ ਰਿਲੇਟਿਵ ਆ ਯੂਸੂਅਲੀ ਹੋਂਡ ਇੰਟਰਵਿਊ ਹੋ ਰਿਹਾ ਬੰਬੇ ਅਮ DS-264 ਅਪਲੀਕੇਸ਼ਨ ਫਾਈਲ ਕਨ ਅਪੈਂਦਾ ਉੱਥੇ ਸਾਰਾ ਜਿੱਦਾਂ ਤੁਹਾਡਾ ਮੈਡੀਕਲ ਅਮ ਕ੍ਰਿਮੀਨਲ ਹਿਸਟਰੀ ਸਾਰਾ ਚੈੱਕ ਕਰਕੇ ਫਿਰ ਤੁਹਾਨੂੰ ਇੰਟਰਵਿਊ ਲਈ ਸਕੈਡਿਊਲ ਕਰਦੇ ਆ um interview te basically uh, they they want to make sure the jehda relationship aa oh a real relationship aa question puchde aa um and then if agar unan lage ke ya jehda relation aa oh bilkul sahi aa then thonu um visa grant ho janda visa jehda hunda oh us uh, 6 month da hunda 6 month de vich tusi us enter karna hunda uh, otherwise it expires uh, jadon tusi us aane aa basically um before that jiddha toada petitioner or toanu jiddha green card layi apply kar sakda te when you come to the us tusi visa te enter karde ha but within a few weeks you should get your green card so uh, attorney ramani do they arrive in usa with a green card or there's something else ah uh, nahi jiddha harpreet keh reya si actually tusi jado enter karde ho visa te enter karde ho tusi ਪਰ ਉਹ ਜਿਹੜਾ ਵੀਜ਼ਾ ਵਾ ਉਹ ਤੁਹਾਡਾ ਬੇਸਿਕਲੀ ਐਜ਼ ਅ ਗ੍ਰੀਨ ਕਾਰਡ ਸਰਵ ਕਰ ਸਕਦਾ ਫੋਰ ਅ ਟੈਂਪੋਰਰੀ ਪੀਰੀਅਡ ਆਫ ਟਾਈਮ ਅਗਰ ਜ਼ਰੂਰਤ ਪੜੇ ਇੱਥੇ ਆ ਕੇ ਫਿਰ ਤੁਸੀਂ ਆਪਣੇ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਹੋ ਐਂਡ THEN ਉਹ ਥੋੜੀ ਦੇਰ ਚ ਪ੍ਰੋਸੈਸ ਹੋ ਕੇ ਤੁਹਾਡੇ ਕੋ ਪਹੁੰਚ ਜਾਂਦਾ ਮੈਂ ਇੱਕ ਨਾ ਸਵਾਲ ਹਟ ਕੇ ਜ਼ਰੂਰ ਪੁੱਛਣਾ ਚਾਹਨਾ ਕਈ ਸਾਡੇ ਸਾਰੇ ਦਰਸ਼ਕ ਹੋਣਗੇ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਪੈਸਾ ਬਹੁਤ ਕਮਾ ਲਿਆ ਔਰ ਉਹਨਾਂ ਤੇ ਡਿਪੋਰਟੇਸ਼ਨ ਵੀ ਲੱਗੀ ਹੋਈ ਹੈ ਪੇਪਰ ਉਹਨਾਂ ਦੇ ਬਣੇ ਨਹੀਂ ਪਰ ਦੇ ਹੈਵ ਲਾਟਸ ਆਫ ਮਨੀ ਜੀ ਐਨ ਉਹ ਚਾਹੁੰਦੇ ਕਿ ਨਹੀਂ ਹੁਣ ਸਾਨੂੰ ਗ੍ਰੀਨ ਕਾਰਡ ਦੀ ਕੀ ਲੋੜ ਹੈ ਪਰ ਤੁਹਾਨੂੰ ਲੱਗਦਾ ਕਿ ਜਦ ਫੈਮਿਲੀ ਨਾਲ ਹੋਏ ਗ੍ਰੀਨ ਕਾਰਡ ਜ਼ਰੂਰ ਬਣਵਾ ਲੈਣਾ ਚਾਹੀਦਾ ਇੱਕ ਵਾਰੀ ਜ਼ਰੂਰ ਕੰਸਲਟ ਕਰਨ ਲੈਣਾ ਚਾਹੀਦਾ ਕਿ ਕੀ ਪਤਾ ਕੋਈ ਅਜਿਹਾ ਉਹਨਾਂ ਦੇ ਕੋਲ ਪੁਆਇੰਟ ਹੋਏ ਜਿਸ ਕਰਕੇ ਉਹਨਾਂ ਦਾ ਗ੍ਰੀਨ ਕਾਰਡ ਮੜ ਤੋਂ ਬਣ ਸਕਦਾ ਜੀ ਬਿਲਕੁਲ ਮਤਲਬ ਦੇਖੋ ਮਨੀ ਆਪਣੀ ਜਗਾ ਵਾ ਜਿਹੜਾ ਲੀਗਲ ਸਟੇਟਸ ਆ ਅਗਰ ਤੁਸੀਂ ਯੂਨਾਈਟਿਡ ਸਟੇਟਸ ਗਵਰਨਮੈਂਟ ਦਾ ਪ੍ਰੋਟੈਕਸ਼ਨ ਚਾਹੁੰਦੇ ਹੋ ਤੁਸੀਂ ਰਾਈਟ ਆਪਾਂ ਸਾਰੇ ਅਮਰੀਕਾ ਜਿੱਦ ਸਾਡੇ ਪੇਰੈਂਟਸ ਵੀ ਆਏ ਆ ਸਾਰੇ ਅਮਰੀਕਾ ਆਏ ਆ ਕਿਸੇ ਰੀਜ਼ਨ ਲਈ ਆ ਕਿਉਂਕਿ ਅ ਅਮਰੀਕਨ ਲਾਜ਼ ਜਿਹੜੇ ਆ ਹੈਲਪਫੁਲ ਆ ਉਦੇ ਅੱਗੇ ਅਗਰ ਤੁਸੀਂ ਫੁੱਲ ਐਡਵਾਂਟੇਜ ਲੈਣਾ ਚਾਹੁੰਦੇ ਹੋ ਤੇ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਸਟੇਟਸ ਜਿਹੜਾ ਵਾ ਪੱਕਾ ਹੋਵੇ ਇੱਥੇ ਕਿਉਂਕਿ ਅਗਰ ਤੁਹਾਡੇ ਕੋ ਮਨੀ ਵੀ ਆ ਤੈਨੂੰ ਫਿਰ ਵੀ ਕਿਸੇ ਟਾਈਮ ਵੀ ਰਿਪੋਰਟ ਕਰ ਸਕਦੇ ਅਗਰ ਤੁਹਾਡਾ ਕੋਈ ਸਟੇਟਸ ਹੈ ਨਹੀਂਗਾ ਸੋ ਡੈਫੀਨਿਟਲੀ ਆਈ ਥਿੰਕ ਤੈਨੂੰ ਆਪਣੇ ਆਪਸ਼ਨਸ ਐਕਸਪਲੋਰ ਕਰਨੇ ਚਾਹੀਦੇ ਆ اسپੈਸ਼ਲੀ ਜੇ ਅਗਰ ਤੁਸੀਂ ਲੱਕੀ ਇਨਾਫ ਹੋ ਕਿ ਤੁਹਾਡੇ ਕੋ ਮਨੀ ਹੈ ਤੁਸੀਂ ਕਿਸੇ ਲੋਅਰ ਨਾਲ ਕੰਸਲਟ ਕਰ ਸਕਦੇ ਹੋ ਡੈਫੀਨਿਟਲੀ ਕਰਨਾ ਚਾਹੀਦਾ ਔਰ ਦੂਜੀ ਗੱਲ ਆਇਆ ਹੈਗਾ ਕਿ ਜਿਹੜੇ ਲਾਜ਼ ਆਉਣ ਵਾਲੇ ਸਮੇਂ ਦੇ ਵਿੱਚ ਹੈ ਉਹਨਾਂ ਵਿੱਚ ਵੀ ਵੇਖਣ ਨੂੰ ਮਿਲੇਗਾ ਖੈਰ ਕੀ ਕਿ ਸਾਹਮਣੇ ਆਉਂਦਾ ਪਰ ਜਿਹੜੇ ਸਟਿਮੂਲਸ ਪੈਕੇजेस ਦਿੱਤੇ ਆ ਸਰਕਾਰ ਨੇ ਉਹਦਾ ਫਾਇਦਾ ਵੀ ਹੋ ਸਕਦਾ ਜੇਕਰ ਤੁਸੀਂ ਵਾਕਿਆ ਤੁਹਾਡੇ ਕੋਲ ਪੇਪਰ ਆ ਤੁਸੀਂ ਟੈਕਸ ਭਰਦੇ ਹੋ ਐਂਡ ਕਿੰਨੇ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਆਸਰਾਈਆਂ ਹਨ ਕਿ ਕਈ ਸਾਰੇ ਹੋਰ ਸਟਿਮੂਲਸ ਪੈਕੇजेस ਆ ਸਕਦੇ ਹਨ ਜੇਕਰ ਤੁਹਾਡੇ ਪੇਪਰ ਬੜੇ ਹੋਣਗੇ ਤਾਂ ਤੁਸੀਂ ਵੀ ਉਹਦਾ ਫਾਇਦਾ ਲੈ ਸਕਦੇ ਹੋ ਕਿੰਨੇ ਲੋਕਾਂ ਦੇ ਕੋਲ ਪੇਪਰ ਨਹੀਂ ਸੀਗੇ ਜਦੋਂ ਉਹਨੇ ਕੋਸ਼ਿਸ਼ ਕੀਤੀ ਅਪਲਾਈ ਕਰਨ ਦੀ ਤਾਂ ਕਈਆਂ ਦੇ ਗ੍ਰੀਨ ਕਾਰਡ ਆਏ ਵੀ ਸਾਹਮਣੇ ਔਰ ਉਹਨਾਂ ਨੇ ਵੀ ਉਹਨਾਂ ਸਟਿਮੂਲਸ ਪੈਕੇजेस ਦਾ ਫਾਇਦਾ ਚੁੱਕਿਆ ਔਰ ਔਰ ਫਾਇਦਰ ਦੇ ਨਾਲ-ਨਾਲ ਜੇਕਰ ਤੁਹਾਡੀ ਨੌਕਰੀ ਵੀ ਚਲੀ ਜਾਂਦੀ ਹੈ ਤੁਹਾਨੂੰ ਅਨਇੰਪਲੋਇਮੈਂਟ ਵੀ ਬਕਾਇਦਾ ਸਰਕਾਰ ਵੱਲੋਂ ਦਿੱਤੇ ਜਾਂਦੀ ਹੈ ਪਰ ਇਹ ਸਭ ਕੁਝ ਸਰਕਾਰ ਦੇ ਦਿੱਤੇ ਹੋਏ ਜਿੰਨੇ ਵੀ ਸਹੂਲਤਾਂ ਹਨ ਤੁਹਾਡਾ ਲੀਗਲ ਸਟੇਟਸ ਹੋਏਗਾ ਤਾਂ ਤੁਹਾਨੂੰ ਮਿਲ ਸਕਦਾ ਹੈ ਲੀਗਲ ਸਟੇਟਸ ਕਿਵੇਂ ਕਰਨਾ ਹੈ ਘਬਰਾਉਣਾ ਨਹੀਂ ਹੈ ਕਿ ਤੁਸੀਂ 10 ਸਾਲ ਹੋ ਗਏ ਹੁਣ ਸਾਨੂੰ ਗ੍ਰੀਨ ਕਾਰਡ ਦੀ ਕੀ ਲੋੜ ਹੈ ਜਾਂ ਸਾਨੂੰ ਕੀ ਜੁਰਤ ਹੈ ਜੇ ਵਾਕਈ ਤੁਹਾਨੂੰ ਲੱਗਦਾ ਹੈ ਕਿ ਹਾਂ ਮੈਂ ਇੱਕ ਵਾਰੀ ਟਰਾਈ ਕਰਕੇ ਵੇਖਦਾ ਤਾਂ 9294605070 ਤੇ ਤੁਸੀਂ ਸਿੰਘ ਐਂਡ ਸਿੰਘ ਲਾਅ ਪੀਐਲਸੀ ਤੇ ਕਾਲ ਕਰ ਸਕਦੇ ਹੋ ਤੁਸੀਂ ਅਟਾਰਨੀ ਹਰਪ੍ਰੀਤ ਅਟਾਰਨੀ ਰਮਨਦੀਪ ਭੁਰ ਨਾਲ ਰਾਬਤਾ ਕਰ ਸਕਦੇ ਹੋ ਜਦ ਅਸੀਂ ਮੈਰਿਜ ਮੈਂ ਮਾਫੀ ਚਾਹਾਂਗਾ ਜਦ ਅਸੀਂ ਫੈਮਿਲੀ ਬੇਸ ਪੈਟੀਸ਼ਨ ਦੀ ਅਸੀਂ ਗੱਲ ਕਰਦੇ ਆ ਆ ਜਦ ਗ੍ਰੀਨ ਕਾਰਡ ਆ ਜਾਂਦਾ ਕਿ 10 ਸਾਲ ਦਾ ਸਿੱਧਾ ਗ੍ਰੀਨ ਕਾਰਡ ਆਉਂਦਾ ਨਹੀਂ ਇਹ ਡਿਪੈਂਡ ਕਰਦਾ ਕੈਰ ਕੋੜੀ ਤੇ ਆ ਬੇਸਿਕਲੀ ਜਿਹੜੇ ਜੇ ਪੈਰੈਂਟ ਐਂਟਰ ਕਰਦੇ ਆ ਉਹਨਾਂ ਦਾ 10 ਸਾਲ ਦਾ ਹੁੰਦਾ ਆ ਬ੍ਰਦਰ ਸਿਸਟਰਾਂ ਦਾ 10 ਇਅਰ ਦਾ ਹੁੰਦਾ ਆ ਜਿਹੜਾ ਸਪਾਸ ਦਾ ਹੁੰਦਾ ਆ ਦੈਟਸ ਜੇ ਵਿਆਹ ਨੂੰ 2 ਸਾਲ ਨਹੀਂ ਹੋਏ Um, then you get issued a, a two-year uh, conditional green card. the uh, condition move canu after two, uh, one year and nine months, you have to file i-751. bill cole and attorney ramadi, what happens at the end of the two years for conditional green card? Ji, and it's it a special case. Hai. so, coffee, uh, uh, i think low gronia so 1 year 9 months baad to see joint petition file karna hunda va um, i751 apne uh, spouse de naal to remove the conditions and uh, jadon eh tusi petition file karde ho basically uscis ne dobara tedi marriage review karni hai okay. so tenu dobara proof laune paine hai marriage de agar tusi ikathe uh, reh rahe ho lease present karni hai tusi apne joint bank accounts uh hor tade ko jo bhi proof hai pictures vacation ya you know, pictures ਉਦਬਾਰਾ ਤੈਨੂੰ ਸਾਰਾ ਸਬਮਿਟ ਕਰਨਾ ਪੈਣਾ ਵਾ ਐਂਡ ਅਗਰ ਉਹਨਾਂ ਨੂੰ ਲੱਗੇ ਕਿ ਬੋਨਫਾਈਡ ਮੈਰਿਜ ਹੈ ਅਗਰ ఎవਰੀਥਿੰਗ ਕਲੀਅਰ ਹੋ ਜੇ ਥੈਨ ਫਿਰ ਤੇਨੂੰ 10 ਇਅਰ ਦਾ ਗ੍ਰੀਨ ਕਾਰਡ ਮਿਲ ਜੂਗਾ ਅੱਛਾ ਸੇ ਜਦ ਤੁਹਾਡਾ ਮੁਰਤੋ ਇੰਟਰਵਿਊ ਹੁੰਦਾ ਹਾਂਜੀ ਅੱਛਾ ਹਾਂਜੀ ਯਾ ਸੋ ਮੈਨੂੰ ਯਾ ਹਾਲ ਹੈ ਜਦ ਮੇਰਾ ਇੰਟਰਵਿਊ ਹੋਇਆ ਮੈਂ ਤਾਂ ਪਹਿਲੀ ਵਾਰ ਐਵੇਂ ਲੱਗਿਆ ਕਿ ਮੈਂ ਮੈਂ ਦੁਨੀਆ ਨੂੰ ਇੰਟਰਵਿਊ ਕਰਦਾ ਗ੍ਰਿਲ ਕਰਦਾ ਉਹ ਸਾਹਮਣੇ ਜਦ ਇੰਟਰਵਿਊਅਰ ਸੀਗਾ ਐਵੇਂ ਲੱਗਿਆ ਕਿ ਹੁਣ ਅੱਜ ਮੇਰੀ ਵਾਰੀ ਹੈ ਹਰਕੀਰਤ ਸੇ ਆ ਤੂੰ ਗ੍ਰਿਲ ਹੋਣ ਵਾਲਾ ਪਰ ਨਹੀਂ ਮੈਂ ਜਰੂਰ ਇ ਉਹ ਬਹੁਤ ਤੁਹਾਨੂੰ ਸਪੋਰਟ ਕਰਦੇ ਆ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਤੁਹਾਨੂੰ ਗੱਲ ਕਰਦੇ ਆ ਔਰ ਅਗਰ ਤੁਸੀਂ ਵਾਕਈ ਸਹੀ ਹੋ ਤਾਂ ਫਿਰ ਤੁਹਾਨੂੰ ਕਹਿੰਦੇ ਕਿ ਲੈ ਕਾਕਾ ਤੇਰਾ ਆ ਗਿਆ ਗ੍ਰੀਨ ਕਾਰਡ ਮੌਜਲਾ ਇਹ ਹਰ ਕਿਸੇ ਦੇ ਨਾਲ ਹੁੰਦਾ ਔਰ ਸਿੰਘਨ ਸਿੰਘ ਲਾ ਤੁਹਾਨੂੰ ਉਸੇ ਪ੍ਰੋਫੈਸ਼ਨਲ ਢੰਗ ਦੇ ਨਾਲ ਤਿਆਰੀ ਕਰਵਾਉਂਦੀ ਹੈ ਤੁਹਾਡੇ ਮੌਕ ਇੰਟਰਵਿਊਜ਼ ਪਹਿਲਾਂ ਕਰਾ ਲੈਂਦੀ ਹੈ ਤਾਂ ਕਿ ਤੁਸੀਂ ਜਦ ਇੰਟਰਵਿਊ ਤੇ ਜਾਓ ਤਾਂ ਘਬਰਾਉਂਗੇ ਨਹੀਂ ਤੁਸੀਂ ਸਿੱਧਾ ਜੋ ਤੁਹਾਨੂੰ ਪੁੱਛਿਆ ਗਿਆ ਉਹਦਾ ਜਵਾਬ ਤੁਸੀਂ ਇਹ ਆਰਾਮ ਨਾਲ ਦੋਗੇ ਪਰ ਤੁਸੀਂ ਮੌਕ ਦੀ ਤਿਆਰੀ ਕਰਨੀ ਕਿਵੇਂ ਐਪਲਾਈ ਕਰਨਾ ਕਿਵੇਂ ਹੈ ਟੀਵੀ ਸਕਰੀਨ ਤੇ ਜਿਹੜਾ ਨੰਬਰ ਹੈ ਨਾ ਪੈਨ ਲੈ ਕੇ ਛੇਤੀ ਲਿਖ ਲਓ ਜਾਂ ਆਪਣੇ ਫੋਨ ਤੇ ਸੇਵ ਕਰ ਲਓ ਇਹਨਾਂ ਨੂੰ ਕਾਲ ਲਾ ਲਿਓ ਔਰ ਜੇਕਰ ਤੁਸੀਂ ਕਹਿਣੋ ਕਿ ਜਸ ਪੰਜਾਬੀ ਦੇ ਉੱਤੇ ਅਸੀਂ ਸ਼ੋਅ ਵੇਖਿਆ ਸੀਗਾ ਤਾਂ ਤੁਹਾਡੇ ਨਾਲ ਫ੍ਰੀ ਪਰਸਨਲ ਕੰਸਲਟੇਸ਼ਨ ਜਿਹੜੀ ਬਕਾਇਦਾ ਕੀਤੀ ਜਾਏਗੀ 9294605070 ਤੇ ਕਾਲ ਕਰ ਸਕਦੇ ਹੋ ਭਾਜੀ ਵਾਟ ਹੈਪਨਸ ਇਫ ਯੂ ਗੈਟ ਅ ਡਿਵੋਰਸ ਡੂਰਿੰਗ ਦੋਸ ਟੂ ইਅਰਸ ਹਾਂਜੀ ਜੇ ਡਿਵੋਰਸ ਹੋ ਜਾਂਦਾ ਫਿਰ ਤੁਹਾਨੂੰ ਯੂ ਕੈਨ ਅਪਲਾਈ ਆਨ ਯੋਰ ਓਨ ਵੇਵਰ ਤੁਹਾਨੂੰ ਫਾਈਲ ਕਰਨਾ ਪੈਂਦਾ ਤੇ ਫਿਰ ਵੀ ਤੁਹਾਨੂੰ ਸ਼ੋਅ ਕਰਨਾ ਪੈਂਦਾ ਕਿ ਇੱਕ ਗੁੱਡ ਫੇਥ ਮੈਰਿਜ ਸੀਗੀ ਜੇ ਨਹੀਂ ਵੀ ਡਿਵੋਰਸ ਹੋਣ ਜੇ ਕੋਈ ਤੁਹਾਡਾ ਸਪਾਊਸ ਤੁਹਾਨੂੰ ਅਬਿਊਜ਼ ਕਰ ਰਿਹਾ ਐ ਐਕਸਟ੍ਰੀਮ क्रੂਲਟੀ ਆ ਉੱਤੇ ਵੀ ਵੇਵਰ ਤੁਹਾਨੂੰ ਮਿਲ ਸਕਦਾ ਐਂਡ ਵਾਟ ਹੈਪਨਸ ਇਫ ਦ ਸਪਾਊਸ ਡਾਈਸ ਇਨ 2 ਇਅਰਸ ਆ ਇਫ ਦ ਸਪਾਊਸ ਡਾਈਸ ਫਿਰ ਵੀ ਵੇਵਰ ਤੁਸੀਂ ਲੈ ਸਕਦੇ ਆ ਸੋ ਕਹਿੰਦਾ ਬਾਬਾ ਕਿ ਜੇਕਰ ਤੁਹਾਡੇ ਕੋਲ 2 ਸਾਲ ਦਾ ਕੰਡੀਸ਼ਨਲ ਗ੍ਰੀਨ ਕਾਰਡ ਆ ਚੁੱਕਿਆ ਹੈ ਔਰ ਤੁਸੀਂ ਤੁਹਾਨੂੰ ਲੱਗਦਾ ਕਿ ਹੁਣ ਮੇਰਾ ਡਿਵੋਰਸ ਹੋ ਗਿਆ ਹੈ ਜਾਂ ਡਿਵੋਰਸ ਹੋਣ ਵਾਲਾ ਹੈ ਇਹ ਅਫਰਟ ਨੂੰ ਲੱਗਦਾ ਕਿ ਸਪਾਊਸ ਤੁਹਾਨੂੰ ਅਬਿਊਜ਼ ਕਰਦਾ ਸੋ ਇਹਨਾਂ ਨੇ ਦੱਸਿਆ ਕਿ ਉਹ ਵੇਵਰ ਹੁੰਦੀ ਹੈ ਉਸ ਵੇਵਰ ਦੇ ਤਹਿਤ ਜਿਹੜਾ ਹੈਗਾ ਤੁਹਾਨੂੰ ਅ ਅੱਗੇ ਜਿਹੜਾ 10 ਸਾਲ ਦਾ ਗ੍ਰੀਨ ਕਾਰਡ ਮਿਲਣਾ ਹੁੰਦਾ ਉਹ ਕੇਸ ਲੜਿਆ ਜਾ ਸਕਦਾ ਟਰਨੀ ਰਮਨਦੀਪ ਜੀ ਬਿਲਕੁਲ ਸੋ ਬੇਸਿਕਲੀ ਤੁਸੀਂ ਜਿੱਦਾਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਸੀ ਜੁਆਇੰਟ ਪਟੀਸ਼ਨ ਤੋਂ ਤੁਹਾਡਾ ਇੰਡੀਵਿਜੂਅਲ ਪਟੀਸ਼ਨ ਬਣ ਜਾਂਦਾ ਵਾ ਬੇਸਿਕਲੀ ਤੁਸੀਂ ਵੇਵਰ ਵੇਵਰਲੀ ਅਪਲਾਈ ਕਰ ਰਹੇ ਹੋ ਤੁਸੀਂ ਕਿ ਤੁਹਾਡਾ ਸਪਾਊਸ ਤੁਹਾਡਾ ਪਟੀਸ਼ਨ ਈਦਰ ਨਹੀਂ ਕਰ ਰਿਹਾ ਸਪੋਰਟ ਕਿਉਂਕਿ ਡਿਵੋਰਸ ਹੋ ਗਿਆ ਵਾ ਜਾਂ ਨਹੀਂ ਕਰ ਸਕਦੇ ਕਿਉਂਕਿ ਡੈਥ ਹੋ ਗਈ ਉਹਨਾਂ ਦੀ ਸੋ 9294605070 ਆ ਨੰਬਰ ਜਿਹੜਾ ਹੈਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਿੰਘ ਐਂਡ ਸਿੰਘ ਲਾਅ ਪੀ ਐਲ ਐਲ ਸੀ ਇਸ ਟੀਮ ਦੇ ਨਾਲ ਰਾਬਤਾ ਕਰ ਸਕਦੇ ਹੋ ਇਹਨਾਂ ਦੀ ਐ ਪ੍ਰੋਫੈਸ਼ਨਲ ਨੌਜਵਾਨਾਂ ਦੀ ਟੀਮ ਜਿਹੜੀ ਹੈ ਤੁਹਾਨੂੰ ਸਮਝਦੀ ਹੈ ਔਰ ਤੁਹਾਡੀ ਮਾਂ ਬੋਲੀ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੀ ਹੈ ਔਰ ਤੁਹਾਨੂੰ ਦੱਸਦੀ ਹੈ ਕਿ ਹਾਂ ਇਹ ਤੁਹਾਡਾ ਲੀਗਲ ਰਾਈਟ ਹੈ ਤੁਸੀਂ ਇਸ ਰਾਈਟ ਦੇ ਤਹਿਤ ਆਪਣਾ ਗ੍ਰੀਨ ਕਾਰਡ ਜਾਂ ਫਿਰ ਆਪਣੀ ਫੈਮਿਲੀ ਬੇਸ ਪਟੀਸ਼ਨ ਅਪਲਾਈ ਕਰ ਸਕਦੇ ਹੋ ਔਰ ਤੁਸੀਂ ਵੀ ਬਲਾ ਸਕਦੇ ਹੋ ਪੰਜਾਬ ਦੀ ਧਰਤੀ ਤੋਂ ਅਮਰੀਕਾ ਦੀ ਧਰਤੀ ਦੇ ਉੱਤੇ ਆਪਣੀ ਫੈਮਿਲੀ ਜਾਂ ਫਿਰ ਭਾਰਤ ਦੇ ਕਿਸੇ ਵੀ ਸਟੇਟ ਤੋਂ ਜਾਂ ਫਿਰ ਵਰਲਡ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਪਣੀ ਫੈਮਿਲੀ ਨੂੰ ਬੁਲਾਣਾ ਚਾਹੁੰਦੇ ਹੋ ਅਮਰੀਕਾ ਦੀ ਧਰਤੀ ਤੇ ਇਸ ਲੈਂਡ ਆਫ ਓਪਰਚ्युनिटी ਤੁਸੀਂ ਬੁਲਾ ਸਕਦੇ ਹੋ ਅ ਅਟੈਂਡਿੰਗ ਰਮਨਦੀਪ ਇਹਨੂੰ ਆ ਵੀ ਜਰੂਰ ਦੱਸੋ ਮੈਨੂੰ ਲੈਂਡ ਆਫ ਓਪਰਚ्युनिटी ਕਹ ਰਹੇ ਆ ਲੱਗਦਾ ਹੈ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਸਹੀ ਰਹੇਗੀ ਲੈਂਡ ਆਫ ਓਪਰਚ्युनिटी ਬਣੀ ਰਹੇਗੀ ਅਮਰੀਕਾ ਆਈ ਥਿੰਕ ਉਮੀਦ ਤੇ ਹੀ ਹੋਈ ਆ ਜੀ ਅ ਅਮਰੀਕਾ ਦੀ ਹਿਸਟਰੀ ਚ ਹਮੇਸ਼ਾ ਟ੍ਰੂ ਰਿਹਾ ਵਾ ਇਮੀਗ੍ਰੈਂਟਸ ਨਾਲ ਹੀ ਕੰਟਰੀ ਬਣੀ ਆ ਐਂਡ ਆਈ ਥਿੰਕ ਜਦੋਂ ਵੀ ਡਿਫਿਕਲਟ ਟਾਈਮ ਆਇਆ ਵਾ ਅਮਰੀਕਾ ਦੇ ਵਿੱਚ ਕਾਫੀ ਲੱਕੀ ਰਹੇ ਆ ਕਿ ਕੋਈ ਵਧੀਆ ਬੰਦਾ ਆ ਕੇ ਜਦਾਂ ਹੈਂਡਲ ਕੀਤੇ ਆ ਪੋਲਿਟਿਕਸ ਇੱਥੋਂ ਦੇ ਸੋ ਆਈ ਥਿੰਕ ਈਵਨ ਕਰੰਟ ਜਿਹੜੀ ਮਿਨਿਸਟ੍ਰੇਸ਼ਨ ਆਪਣੀ ਕੋਸ਼ਿਸ਼ ਕਰ ਰਹੀ ਹੈ ਐਂਡ ਡੈਫੀਨਿਟਲੀ ਆਪਾਂ ਹੋਪਫੁਲ ਆ ਕਿ ਕੋਈ ਨਾ ਕੋਈ ਜਿਹੜਾ ਬੈਨੇਫੀਸ਼ੀਅਲ ਲਾਅ ਵਾ ਪਾਸ ਹੋਊਗਾ ਐਂਡ ਆਪਣੀ ਕਮਿਊਨਿਟੀ ਨੂੰ ਸਪੈਸ਼ਲੀ ਕਾਫੀ ਉਹਦੀ ਹੈਲਪ ਮਿਲੂਗੀ ਉਹਦੇ ਨਾਲ ਅਟਾਰਨੀ ਹਰਪ੍ਰੀਤ ਤੁਸੀਂ ਸਹਿਮਤੀ ਰੱਖਦੇ ਹੋ ਇਸ ਗੱਲ ਨਾਲ ਹਾਂਜੀ ਅ ਅਮਰੀਕਾ ਹੈਜ਼ ਆਲਵੇਜ਼ ਬੀਨ ਦ ਲੈਂਡ ਆਫ ਓਪਰਚੁਨਿਟੀ ਬੇਸਿਕਲੀ ਜਿਹੜਾ ਆਪਣਾ ਕਨਸਟੀਟਿਊਸ਼ਨ ਵੀ ਆ ਉਹ ਫਰਸਟ 3 ਵਰਡ ਆ ਵੀ ਵੀ ਦ ਪੀਪਲ ਅ ਕੰਟਰੀ ਬਾਰਨ ਯੂ نو ਫੋਰ ਦ ਪੀਪਲ ਆ ਸਾਰੇ ਕੋ ਇਕੁਅਲ ਓਪਰਚੁਨਿਟੀ ਆ ਅਮ ਸੋ ਆਈ ਆਈ ਟਰੂਲੀ ਬੀਲੀਵ ਦ ਕਿ ਆਨ ਵਾਲੇ ਸਮਾਜ ਵੀ ਯੂ نو ਕੋਈ ਨਾ ਕੋਈ ਆ ਰਸਤਾ ਲੱਭੂਗਾ ਜਿਹੜੇ ਆਪਣੇ ਲੋਕ ਨਹੀਂ ਜਿਨ੍ਹਾਂ ਕੋ ਡਾਕੂਮੈਂਟ ਹੈਗੇ ਉਹਨਾਂ ਨੂੰ ਵੀ ਕੋਈ ਨਾ ਕੋਈ ਰਸਤਾ ਮਿਲੂਗਾ ਗ੍ਰੀਨ ਕਾਰਡ ਲਈ ਤੇ ਸਿਟੀਜ਼ਨਸ਼ਿਪ ਲਈ ਹਜੇ ਯੂ ਨੋ ਪੋਲਿਟਿਕਸ ਆ ਇਟਸ ਇਟਸ ਅ ਲिटल ਕੰਪਲਿਕੇਟਿਡ ਐਟ ਦਿਸ ਪੁਆਇੰਟ ਬਟ ਆਈ ਥਿੰਕ ਇਨ ਦ ਫਿਊਚਰ ਯੂ ਨੋ ਸਾਰਾ ਕੁਝ ਬਦਈ ਆ ਹੋ ਠੀਕ ਹੈ ਬਟ ਅਨੀ ਰਮਨਦੀਪ ਸਿੰਘ ਆਪਾਂ ਕਹਿ ਸਕਦੇ ਆ ਆਪਣੇ ਦਰਸ਼ਕਾਂ ਨੂੰ ਕਿ ਭਾਈ ਆ ਵੀ ਬਣ ਸਕਦੇ ਨੇ ਪੱਕੇ ਅਮਰੀਕਾਲੇ ਜਿਕਰ ਛੇਤੀ ਥੱਲੇ ਨੰਬਰ 'ਚ ਕਾਲ ਲਾ ਲੈਂਦਾ ਬਿਲਕੁਲ ਜੀ ਬਿਲਕੁਲ ਅੱਛਾ ਜਿੰਨੀ ਜਲਦੀ ਕਾਲ ਕਰੋਗੇ ਉੰਨੀ ਜਲਦੀ ਪੱਕੇ ਅਮਰੀਕਾ ਵਾਲੇ ਬਣ ਜਾਓਗੇ ਪੱਕੇ ਅਮਰੀਕਾ ਵਾਲੇ ਜੇ ਤੁਸੀਂ ਬਨਣਾ ਹੈ ਤਾਂ 9294605070 ਤੇ ਕਾਲ ਕਰਨੀ ਹੈ ਤਾਂ ਫਿਰ ਤੁਸੀਂ ਵੀ ਕਹਿ ਸਕਦੇ ਹੋ ਹਾਂ ਜੀ ਮੈਂ ਵੀ ਪੱਕਾ ਹੁਣ ਅਮਰੀਕਾ ਦੇ ਵਿੱਚ ਔਰ ਕਹਿ ਸਕਦੇ ਹੋ ਤੁਸੀਂ ਵੀ ਆਪਣੇ WhatsApp ਤੇ ਆਪਣੇ social media ਤੇ ਆਪਣੇ Facebook ਤੇ ਆਪਣੇ Instagram ਤੇ ਥੱਲੇ ਲਿਖ ਸਕਦੇ ਹੋ ਫੋਰ ਐਗਜ਼ਾਮਪਲ ਕੁਝ ਜੀ ਸਿੰਘ ਪੱਕੇ ਅਮਰੀਕਾ ਵਾਲੇ ਵਿਧ ਸਿੰਘ ਐਂਡ ਸਿੰਘ ਲਾ ਫਰਮ ਲੀਗਲ ਮੈਟਰਸ ਨੈਕਸਟ ਹਰ ਜਿਲੇ ਆ ਕੇ ਆਵਾਂਗੇ ਔਰ ਰੱਖਾਂਗੇ ਕਈ ਸਾਰੇ ਹੋਰ ਵੀ ਸਵਾਲ ਔਰ ਪੁੱਛਾਂਗੇ ਕਿਵੇਂ ਆ ਸਕਦਾ ਹੈ ਤੁਹਾਡਾ ਗ੍ਰੀਨ ਕਾਰਡ ਇਸ ਸ਼ੋਅ ਦੇ ਵਿੱਚ ਇਨਾ ਹੀ ਦਵੋ ਇਜਾਜ਼ਤ ਮੇਰੇ ਨਾਲ ਸੀਗੇ ਅਟਾਰਨੀ ਰਮਨਦੀਪ ਅਟਾਰਨੀ ਹਰਪ੍ਰੀਤ ਸਿੰਘ ਧੰਨਵਾਦ ਸਤਿ ਸ੍ਰੀ ਅਕਾਲ